ਹੁਸ਼ਿਆਰਪੁਰ ਦੇ ਸ਼ਹਿਦ ਸੂਆ ਦੇ ਨਾਲ ਲੱਗਦੇ ਪਿੰਡ ਝਿੰਗੜ ਕਲਾਂ ਤੋਂ ਪੁੱਛਾ ਜਾਂਦੇ ਰੋਡ ਨਜ਼ਦੀਕ ਪੈਂਦੇ ਪਿੰਡ ਕੰਗ ਤੋਂ ਜਿੱਥੇ ਖੇਤਾਂ ਵਿੱਚੋਂ ਹੌਂਡਾ ਸਿਟੀ ਕਾਰ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਦੇ ਕਹਿਣ ਮੁਤਾਬਿਕ ਗੱਡੀ ਵਿੱਚ ਇਤਰਾਜ਼ਯੋਗ ਸਮੱਗਰੀ ਤੇ ਹਥਿਆਰ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਮ੍ਰਿਤਕ ਵਿਅਕਤੀ ਦੀ ਹਾਲੇ ਤੱਕ ਕੋਈ ਵੀ ਪਹਿਚਾਣ ਨਹੀਂ ਹੋਈ। ਟਾਂਡਾ ਤੇ ਦਸੂਆ ਪੁਲਿਸ ਵੱਲੋਂ ਸਾਂਝੇ ਤੌਰ ਤੇ ਤਹਿਕੀਕਾਤ ਕੀਤੀ ਜਾ ਰਹੀ ਹੈ। ਮੌਕੇ ਤੇ SSP ਹੁਸ਼ਿਆਰਪੁਰ ਘਟਨਾ ਸਥਲ ਦੀ ਜਾਣਕਾਰੀ ਲੈਣ ਲਈ ਆ ਪਹੁੰਚੇ। ਹਾਂਜੀ, ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਅਨਨੋਨ ਗੱਡੀ ਖੜੀ ਹੈ ਅਤੇ ਸਾਨੂੰ ਇਨਫੋਰਮੇਸ਼ਨ ਬਾਅਦ IO ਆਇਆ ਮੌਕੇ 'ਤੇ, ਡਿਊਟੀ ਆਫਿਸਰ, ਅਤੇ ਸਾਨੂੰ ਅਸੀਂ ਵੀ ਪਹੁੰਚੇ ਅਤੇ ਅਸੀਂ ਦੇਖਿਆ ਕਿ ਇਹਦੇ 'ਚ ਇੱਕ ਡੈੱਡ ਬੋਡੀ ਹੈ ਅਤੇ ਓਬਜੈਕਸ਼ਨੇਬਲ ਮਟੀਰੀਅਲ ਵੀ ਹੈ, ਵੈਪਨਸ ਵੀ ਹੈਗੇ ਨੇ। ਫਿਰ ਜਿਵੇਂ ਹਾਲਾਤ ਹੈਗੇ ਨੇ, ਅਸੀਂ ਅਲੱਗ ਅਲੱਗ ਥੇਰੀਜ਼ 'ਤੇ ਕੰਮ ਕਰ ਰਹੇ ਨੇ ਅਤੇ ਹਰ ਐਂਗਲ ਨੂੰ ਅਸੀਂ ਪਰਖ ਰਹੇ ਹਾਂ। ਸਰ ਵੈਪਨ ਕਿਹੜੇ ਕਿਹੜੇ ਹੈਗੇ? ਇਹ ਕੰਟਰੀ ਮੇਡ ਹੈਗਾ ਬ੍ਰਦਰ, ਅਤੇ ਅਸੀਂ ਦੇਖ ਰਹੇ ਹਾਂ ਉਹ ਕੀ ਹੈ, ਕਿਵੇਂ ਹੈ, ਕਿੱਥੋਂ ਆਏ ਹਾਂ, ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ। ਸਰ ਕੀ ਲੱਗਦਾ ਇਹ ਮਰਡਰ ਹੈ? ਇਹ ਇਨਵੈਸਟੀਗੇਟ ਕਰਾਂਗੇ ਯਾਰ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸਾਂਗੇ ਕਿ ਮਰਡਰ ਹੈ ਜਾਂ ਕੀ ਹੈ। ਅਲੱਗ ਅਲੱਗ ਥਿਰੀਜ਼ 'ਤੇ ਕੰਮ ਕਰ ਰਹੇ ਹਾਂ। ਸਰ ਬੰਦੇ ਦਾ ਪਤਾ ਲੱਗ ਸਕਿਆ ਵੀ ਕਿੱਥੇ ਦਾ ਬੰਦਾ? ਵੈਰੀਫਾਈ ਕਰ ਰਹੇ ਹਾਂ, ਕਿਉਂਕਿ ਜੋ ਵੀ ਇਹਦੇ ਕੋਲ ਡਾਕੂਮੈਂਟ ਸਾਨੂੰ ਮਿਲੇ ਹਾਂ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ। ਹਾਲੇ ਤੱਕ ਕਨਫਰਮ ਨਹੀਂ ਹੈ? ਹਾਲੇ ਕਨਫਰਮ। ਠੀਕ ਹੈ।